ਪੁਲਿਸ ਨੇ ਕਾਬੂ ਕੀਤੇ 2 ਖਤਰਨਾਕ ਗੈਂਗਸਟਰ, ਮੌਕੇ ਤੇ ਵੱਡੀ ਮਾਤਰਾ 'ਚ ਬਰਾਮਦ ਹੋਏ ਹਥਿਆਰ। ਦੱਸਦੇ ਕਿ ਪੁਲਿਸ ਨੇ 2 ਖਤਰਨਾਕ ਗੈਂਗਸਟਰਾਂ ਨੂੰ ਕਾਬੂ ਕੀਤਾ, ਜਿਨ੍ਹਾਂ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਜ਼ਦੀਕ ਦੇ ਵਿੱਚ ਇੱਕ I-20 ਕਾਰ ਖੜ੍ਹੀ ਹੈ, ਜਿਸ ਦੇ ਵਿੱਚ 2 ਗੈਂਗਸਟਰ ਵੀ ਸਵਾਰ ਨੇ, ਜਿਨ੍ਹਾਂ ਦੇ ਕੋਲ ਮੌਕੇ 'ਤੇ ਹਥਿਆਰ ਵੀ ਮੌਜੂਦ ਸੀ। ਤਾਂ CIA ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਮੌਕੇ 'ਤੇ  6 ਪਿਸਟਲ ਅਤੇ 8 ਜਿੰਦਾ ਕਾਰਤੂਸ ਵੀ ਬਰਾਮਦ ਹੋਏ। ਤਾਂ ਦੱਸਦੇ ਕਿ ਮਾਮਲਾ ਮੋਗੇ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੇ ਜੌਨ ਬੂਟਰ ਦੇ 2 ਸਾਥੀਆਂ ਨੂੰ ਕਾਬੂ ਕੀਤਾ, ਜਿਨ੍ਹਾਂ 'ਤੇ ਪਹਿਲਾਂ ਵੀ ਕਈ ਅਪਰਾਧਿਕ ਪਰਚੇ ਦਰਜ ਸੀ। ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਮੌਕੇ ਤੋਂ 6 ਪਿਸਟੋਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ। ਉੱਥੇ ਪੁਲਿਸ ਨੇ ਦਿੱਲੀ ਨੰਬਰ ਪਲੇਟ ਵਾਲੀ I-20 ਕਾਰ ਵੀ ਕਬਜ਼ੇ ਦੇ ਵਿੱਚ ਲੈ ਲਈ ਹੈ। ਇਸ ਮਾਮਲੇ ਦੇ ਵਿੱਚ ਮੋਗਾ ਦੇ SSP ਵਿਵੇਕਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ CIA ਦੀ ਟੀਮ ਨੇ ਅਪਰਾਧੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਇਹ ਵੱਡੀ ਕਾਰਵਾਈ ਕੀਤੀ ਹੈ, ਜਿਸ ਦੇ ਵਿੱਚ ਜੌਨ ਬੂਟਰ ਦੇ 2 ਸਾਥੀਆਂ ਨੂੰ 4 ਦੇਸੀ ਪਿਸਟਲ, 32 ਵੋਰ ਅਤੇ 1 ਦੇਸੀ ਰਿਵਾਲਵਰ ਦੇ ਨਾਲ ਕਾਬੂ ਕੀਤਾ। ਮਾਨਯੋਗ CM ਸਾਹਿਬ ਅਤੇ DG ਸਾਹਿਬ ਦੀ ਹਦਾਇਤਾਂ ਮੁਤਾਬਕ ਮਾੜੇ ਅਨਸਰਾਂ ਖਿਲਾਫ਼ ਇੱਕ ਸਪੈਸ਼ਲ ਜਿਹੜੀ ਆਪਾਂ ਇੱਕ ਮੁਹਿੰਮ ਚਲਾਈ ਹੋਈ ਹੈ, ਉਹਦੇ ਉਸ ਵਿੱਚ ਇੱਕ ਵੱਡੀ ਕਾਮਯਾਬੀ CA ਸਟਾਫ ਨੂੰ ਮਿਲੀ ਹੈ। ਇਹਦੇ ਵਿੱਚ SPD ਸਾਹਿਬ ਦੀ ਅਤੇ DSP DG ਸਾਹਿਬ ਦੀ ਨੇਤਿੱਤਵ ਦੇ ਅੰਡਰ ਜਿਹੜਾ ਹੈਗਾ ਆਪਣੇ ਇੰਚਾਰਜ CIA ਵੱਲੋਂ 2 ਲੋਕ ਅਰੈਸਟ ਕੀਤੇ ਗਏ ਨੇ, ਜਿਹੜੇ ਕਿ ਜੌਨ ਬੂਟਰ ਗਰੁੱਪ ਦੇ ਮੈਂਬਰ ਹਨ, ਅਤੇ ਇਹਨਾਂ ਦੇ ਕੋਲੋਂ 6 ਪਿਸਤੌਲ, ਜਿਨ੍ਹਾਂ ਵਿੱਚ ਕਿ 4 32 ਬੋਰ ਦੇ ਪਿਸਤੌਲ ਹੈਗੇ ਨੇ ਅਤੇ 2 ਜਿਹੜੇ ਹੈਗੇ ਨੇ ਦੇਸੀ ਕੱਟੇ ਨੇ ਉਹ ਬਰਾਮਦ ਹੋਏ ਨੇ, ਅਤੇ ਇਸ ਤੋਂ ਇਲਾਵਾ 8 ਗੋਲੀਆਂ ਇਹਨਾਂ ਕੋਲੋਂ ਹੁਣ ਤੱਕ ਬਰਾਮਦ ਹੋਈਆਂ ਨੇ। ਇਹਨਾਂ ਦੋਨਾਂ ਦੇ ਉੱਪਰ ਪੁਰਾਣੀ ਕ੍ਰਿਮੀਨਲ ਹਿਸਟਰੀ ਹੈਗੀ ਹੈ, ਇੱਕ ਦੇ ਉੱਪਰ 3 ਮੁਕੱਦਮੇ ਦਰਜ ਨੇ ਅਤੇ ਦੂਸਰੇ ਦੇ ਉੱਪਰ 4 ਮੁਕੱਦਮੇ ਦਰਜ ਨੇ, ਜਿਹਦਾ ਵੇਰਵਾ ਆਪ ਜੀ ਨੂੰ ਦਿੱਤਾ ਗਿਆ ਹੈ। ਜੌਨ ਬੁੱਟਰ ਨੂੰ ਵੀ ਇਹਦੇ ਵਿੱਚ ਅਕਿਊਜ਼ ਰੱਖਿਆ ਗਿਆ ਹੈ, ਜੋ ਕਿ ਆਲਰੇਡੀ ਜੇਲ੍ਹ ਦੇ ਵਿੱਚ ਹੈ। ਉਹਨੂੰ ਪ੍ਰੋਡਕਸ਼ਨ ਰਨ 'ਤੇ ਲਿਆ ਕੇ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ। ਸਰ ਇਹ ਕਿੱਥੋਂ ਫੜੇ ਜੀ? ਇਹ ਲੋਕਲ ਹੀ ਇਨਫੋਰਮੇਸ਼ਨ ਆਈ ਸੀ, ਜੋਗਾ ਚੌਂਕ ਦੇ ਲਾਗਿਓਂ ਵੀ ਉੱਥੇ ਬੈਠੇ ਹੈਗੇ ਨੇ ਆਪਣੀ I-20 ਗੱਡੀ ਦੇ ਵਿੱਚ, ਅਤੇ ਉਸੇ ਟਾਈਮ ਦੇ ਉੱਪਰ ਜਾ ਕੇ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਰਾਊਂਡ ਅਪ ਕਰਕੇ ਇਹਨਾਂ ਦੇ ਕੋਲ ਵਾਹਨ ਵੈਪਨ ਰਿਕਵਰ ਕੀਤੇ। ਸਰ ਇਹਨਾਂ ਨੇ ਵਾਰਦਾਤ ਕਿੱਥੇ ਵਾਰਦਾਤ ਕਰਨੀ ਸੀ ਜਿਹੜਾ ਇੰਨਾ ਅਸਲਾ ਇਹਨਾਂ ਤੋਂ ਬਰਾਮਦ ਹੋਇਆ? ਸਾਡੀ ਹਜੇ ਤੱਕ ਤਫਤੀਸ਼, ਕਿਉਂਕਿ ਅੱਜ ਆਪਾਂ ਇਹਨਾਂ ਨੂੰ ਹੁਣ ਪੇਸ਼ ਕਰਾਂਗੇ ਪੁਲਿਸ ਰਿਮਾਂਡ ਵੀ, ਸਾਨੂੰ ਉਮੀਦ ਹੈ ਵੀ ਸਾਨੂੰ ਉਹਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ ਅਤੇ ਹੋਰ ਹਥਿਆਰ ਮਿਲਣ ਦੀ ਵੀ ਸਾਨੂੰ ਪੂਰੀ। ਜੌਨ ਬੁੱਟਰ ਨੂੰ ਇੱਕ ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀ ਅਦਾਲਤ ਦੇ ਵਿੱਚ, ਉਸ ਤੋਂ ਅਗਲੇ ਦਿਨ ਹੀ ਦੋਨੋਂ ਜਣੇ ਫੜੇ ਜਾਂਦੇ ਸਾਥੀਆਂ ਦੇ ਵਿੱਚ ਜੀ। ਇੱਦਾਂ ਤਾਂ ਨਹੀਂ ਕਿ ਕੋਰਟ ਦੇ ਵਿੱਚ ਹੀ ਜਿਹੜੇ ਉਹਦੇ ਕੋਲ ਆਏ ਹੋਣ ਇਹਦੇ ਸਾਥੀ ਜੌਨ ਬੁੱਟਰ? ਦੇਖੋ ਇਹ ਤਾਂ ਹੁਣ ਤਫਤੀਸ਼ ਦਾ ਮਸਲਾ ਹੈਗਾ, ਇਹ ਤਾਂ ਇੱਕ ਵਾਰੀ ਹੁਣ ਜਦੋਂ ਅਸੀਂ ਰਿਮਾਂਡ ਲੈ ਕੇ ਤਫਤੀਸ਼ ਕਰਾਂਗੇ ਸਾਨੂੰ ਉਹਦੇ ਵਿੱਚ ਜ਼ਿਆਦਾ ਕਲੈਰਿਟੀ ਆਏਗੀ ਵੀ ਕੀ ਐਗਜੈਕਟ ਪਰਪਸ ਕੀ ਸੀ ਇਹਨਾਂ ਵੈਪਨਸ ਇਕੱਠੇ ਕਰਨ ਦਾ। ਜੌਨ ਬੁੱਟਰ ਨੂੰ ਕਿਸ ਮਾਮਲੇ 'ਚ ਲਿਆਂਦਾ ਗਿਆ ਸੀਗਾ ਜੀ? ਆਫ ਦੀ ਹੈਂਡ ਮੈਨੂੰ ਯਾਦ ਨਹੀਂ ਹੈਗਾ ਵੀ ਜੌਨ ਬੁੱਟਰ ਕਿਸ ਮਾਮਲੇ 'ਚ ਆਇਆ। ਲੇਟੈਸਟ ਕਿਹੜੇ ਮਾਮਲੇ ਹੈਗੇ ਇਹਨਾਂ ਦੇ? ਇਹਨਾਂ ਦੇ ਉੱਪਰ ਆਖਰੀ ਮੁਕੱਦਮਾ ਜਿਹੜਾ ਹੈਗਾ ਇੱਕ ਲੜਕੇ ਦੇ ਉੱਪਰ 2020 ਦਾ ਮੁਕੱਦਮਾ ਹੈਗਾ, ਉਹਦੇ ਵਿੱਚ ਵੀ ਆਰਮਸ ਐਕਟ ਦਾ ਕੇਸ ਹੈ, ਅਤੇ ਦੂਸਰੇ ਦੇ ਉੱਪਰ ਵੀ ਆਖਰੀ ਮੁਕੱਦਮਾ 2020 ਦਾ ਹੀ ਹੈ, ਜਿਹਦੇ ਵਿੱਚ ਕਿ ਆਰਮਸ ਐਕਟ ਬਦਲੀ ਕਰਾਉਣ ਦਾ ਪਰਚਾ ਹੈਗਾ। ਅਸਲਾ ਜੌਨ ਬੁੱਟਰ ਵੱਲੋਂ ਪ੍ਰੋਵਾਈਡ ਕਰਾਇਆ ਸੀ? ਇਹਨਾਂ ਦੀ ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਕ ਇਹ ਜੌਨ ਬੁੱਟਰ ਵੱਲੋਂ ਹੀ ਨੋਸਲਾ ਪ੍ਰੋਵਾਈਡ ਕੀਤਾ। ਕਿੱਥੋਂ ਆਇਆ ਸੀ ਜੌਨ ਬੁੱਟਰ ਦਾ ਜੇਲ੍ਹ 'ਚ ਬੈਠਾ? ਇਹ ਮੱਧ ਪ੍ਰਦੇਸ਼ ਤੋਂ ਮਸਲੇ ਦੀ ਅਸਲਾ ਹੈਗਾ, ਮੱਧ ਪ੍ਰਦੇਸ਼ ਤੋਂ ਆਇਆ ਹੈ ਲੱਗਦਾ। ਕਿੰਨੇ ਦਿਨ ਪਹਿਲਾਂ ਅਸਲਾ?